ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੋ ਜੀ ਰਸਨਾ ਪਵਿੱਤਰ, ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਗੁਰ ਪਿਆਰਿਓ, ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ। ਅਸੀਂ ਸੁਣਦੇ ਹਾਂ, ਵੇਖਦੇ ਹਾਂ ਚੌਪਹਿਰਾ ਸਾਹਿਬ ਜੀ ਦੇ ਬਾਰੇ। ਅੱਜ ਕੱਲ੍ਹ ਚੌਪਹਿਰਾ ਸਾਹਿਬ ਜੀ ਦਾ ਬਹੁਤ ਬੋਲਬਾਲਾ ਹੈ। ਅਤੇ ਚੁਪਹਿਰਾ ਸਾਹਿਬ ਕਿਵੇਂ ਸ਼ੁਰੂ ਹੋਇਆ, ਚੁਪਹਿਰਾ ਸਾਹਿਬ ਵਿੱਚ ਕਿਹੜਾ ਪਾਠ ਕੀਤਾ ਜਾਂਦਾ ਹੈ, ਚੁਪਹਿਰਾ ਸਾਹਿਬ ਜੀ ਦੇ ਕੀ ਲਾਭ ਨੇ, ਇਸ ਵੀਡੀਓ ਦੇ ਵਿੱਚ ਅਸੀਂ ਸਮਝਾਂਗੇ, ਆਪ ਜੀ ਦੇ ਨਾਲ ਸ਼ੇਅਰ ਕਰਾਂਗੇ। ਚੁਪਹਿਰਾ ਸਾਹਿਬ ਵਿੱਚ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਐਤਵਾਰ ਨੂੰ 12 ਵਜੇ ਤੋਂ 4 ਵਜੇ ਤੱਕ ਪਾਠ ਕੀਤੇ ਜਾਂਦੇ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ 5 ਪਾਠ ਕੀਤੇ ਜਾਂਦੇ ਨੇ, ਉਸ ਤੋਂ ਬਾਅਦ ਚੌਪਈ ਸਾਹਿਬ ਜੀ ਦੇ 2 ਪਾਠ ਕੀਤੇ ਜਾਂਦੇ ਨੇ, ਉਸ ਤੋਂ ਬਾਅਦ 10-15-20 ਮਿੰਟ ਵਾਸਤੇ ਰੈਸਟ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ। ਉਪਰੰਤ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਹੁੰਦਾ ਹੈ ਅਤੇ ਉਸ ਤੋਂ ਬਾਅਦ ਅਰਦਾਸ ਬੇਨਤੀ ਹੋ ਕੇ ਹੁਕਮਨਾਮਾ ਲਿੱਤਾ ਜਾਂਦਾ ਹੈ। ਇਸ ਤਰ੍ਹਾਂ ਗੁਰਬਾਣੀ ਪੜ੍ਹਦੇ ਹੋਇਆਂ 12 ਵਜੇ ਤੋਂ 4 ਵਜੇ ਤੱਕ ਸਿਮਰਨ ਕਰਕੇ, ਗੁਰਬਾਣੀ ਪੜ੍ਹ ਕੇ 12 ਵਜੇ ਤੋਂ 4 ਵਜੇ ਤੱਕ ਤਕਰੀਬਨ ਇਹ 4 ਘੰਟੇ ਗੁਰੂ ਘਰ ਦੇ ਵਿੱਚ ਸਿਮਰਨ ਦੇ ਵਿੱਚ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਸੰਗਤਾਂ ਦੇ ਦਰਸ਼ਨ ਕਰਦੇ ਹਾਂ, ਇਹ ਉੱਥੇ ਕੱਟੇ ਜਾਂਦੇ ਨੇ 4 ਘੰਟੇ। ਅਤੇ ਇਸੇ ਕਰਕੇ ਇਸ ਨੂੰ ਚੌਪਹਿਰਾ ਸਾਹਿਬ ਕੱਟਣਾ ਵੀ ਕਿਹਾ ਜਾਂਦਾ ਹੈ। ਸੋ ਗੁਰ ਪਿਆਰਿਓ, ਜੋ ਚੁਪਹਿਰਾ ਸਾਹਿਬ ਹੈ ਉਹ ਨਾ ਹੀ ਕਿਸੇ ਗੁਰੂ ਸਾਹਿਬ ਜੀ ਦੇ ਵੱਲੋਂ ਇਸ ਦੀ ਆਰੰਭਤਾ ਹੋਈ ਹੈ ਅਤੇ ਨਾ ਹੀ ਇਸ ਚੁਪਹਿਰਾ ਸਾਹਿਬ ਜੀ ਦੀ ਆਰੰਭਤਾ, ਇਸ ਦੀ ਸ਼ੁਰੂਆਤ ਬਾਬਾ ਦੀਪ ਸਿੰਘ ਜੀ ਵੱਲੋਂ ਹੋਈ ਹੈ। ਜੋ ਚੁਪਹਿਰਾ ਸਾਹਿਬ ਹੈ ਇਹ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਚੁਪਹਿਰਾ ਸਾਹਿਬ ਹਰ ਐਤਵਾਰ ਨੂੰ 12 ਵਜੇ ਤੋਂ 4 ਵਜੇ ਤੱਕ ਕੀਤਾ ਜਾਂਦਾ ਹੈ। ਅਤੇ ਇਹ ਜੋ ਸੇਵਾ ਹੈ, ਜੋ ਚੁਪਹਿਰਾ ਸਾਹਿਬ ਹੈ, ਇਹ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪ੍ਰਬੰਧਕ ਕਮੇਟੀ ਅਤੇ ਉੱਥੇ ਦੀ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਹੀ ਇਹ ਉਪਰਾਲਾ ਕੀਤਾ ਹੋਇਆ ਹੈ। ਇਹ ਕਿਸੇ ਗੁਰੂ ਸਾਹਿਬਾਨ ਵੱਲੋਂ ਜਾਂ ਕਿਸੇ ਸਿੰਘ ਵੱਲੋਂ ਇਹ ਸ਼ੁਰੂ ਨਹੀਂ ਕੀਤਾ ਗਿਆ। ਇਹ ਅੱਜ ਦੇ ਟਾਈਮ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਅਤੇ ਗੁਰ ਪਿਆਰਿਓ, ਇਸ ਵਿੱਚ ਹਰ ਐਤਵਾਰ ਨੂੰ 12 ਵਜੇ ਤੋਂ 4 ਵਜੇ ਤੱਕ ਕੁਛ ਪਾਠ ਕੀਤੇ ਜਾਂਦੇ ਨੇ ਅਤੇ ਬਹੁਤ ਸੰਗਤਾਂ ਜੁੜਦੀਆਂ ਨੇ। ਅੱਜ ਦੀ ਡੇਟ ਵਿੱਚ ਜੇ ਵੇਖੀਏ, ਲੱਖਾਂ ਦੀ ਤਾਦਾਦ ਦੇ ਵਿੱਚ ਗੁਰਦੁਆਰਾ ਸ਼ਹੀਦਾਂ ਸਾਹਿਬ ਸੰਗਤਾਂ ਜੁੜਦੀਆਂ ਨੇ। ਸੜਕਾਂ 'ਤੇ ਅਤੇ ਗੁਰਦੁਆਰਾ ਸਾਹਿਬ ਵਿੱਚ ਵੀ ਬਹੁਤ ਰਸ ਹੁੰਦਾ ਹੈ, ਬਹੁਤ ਭੀੜ ਹੁੰਦੀ ਹੈ। ਸੰਗਤਾਂ ਦਾ ਇਹ ਮੰਨਣਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਜਦੋਂ ਚੁਪਹਿਰਾ ਸਾਹਿਬ ਪੜ੍ਹਦੇ ਹਾਂ ਤਾਂ ਸਾਡੇ ਕਾਰਜ ਰਸ ਹੁੰਦੇ ਨੇ ਅਤੇ ਗੁਰ ਪਿਆਰਿਓ ਰਸ ਕਾਰਜ ਹੋਣੇ ਹੀ ਨੇ। ਗੁਰਬਾਣੀ ਦਾ ਸਾਨੂੰ ਲਾਭ ਹੀ ਹੈ। ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਤਨ ਕਰਕੇ ਮਨ ਕਰਕੇ ਪੜ੍ਹਦੇ ਹਾਂ, ਪਿਆਰ ਕਰਕੇ ਪੜ੍ਹਦੇ ਹਾਂ, ਗੁਰਬਾਣੀ ਸਾਨੂੰ ਲਾਭ ਹੀ ਪਹੁੰਚਾਉਂਦੀ ਹੈ।
ਗੁਰਬਾਣੀ ਦਾ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੈ, ਕੋਈ ਹਾਨੀ ਨਹੀਂ ਹੈ, ਗੁਰਬਾਣੀ ਦਾ ਸਾਨੂੰ ਲਾਭ ਹੀ ਹੈ। ਅਤੇ ਜਦੋਂ ਸਾਨੂੰ ਗੁਰਬਾਣੀ ਦਾ ਲਾਭ ਹੋਣਾ ਹੈ ਤਾਂ ਸਾਡੇ ਕਾਰਜ ਆਪਣੇ ਆਪ ਹੀ ਰਾਸ ਹੋਣੇ ਨੇ। ਸਗੁਰ ਪਿਆਰਿਓ, ਅੱਜ ਦੀ ਵੀਡੀਓ ਵਿੱਚ ਅਸੀਂ ਸਮਝਿਆ ਹੈ ਕਿ ਚੌਪਹਿਰਾ ਸਾਹਿਬ ਕੀ ਹੈ, ਅਤੇ ਅਗਲੀ ਵੀਡੀਓ ਵਿੱਚ ਆਪ ਜੀ ਦੇ ਲਈ ਹੋਰ ਇਸ ਤੋਂ ਅਗਲਾ ਜੋ ਸਟੈਪ ਹੈ ਕਿ ਅਸੀਂ ਆਪਣੇ ਘਰ ਵਿੱਚ ਚੌਪਹਿਰਾ ਸਾਹਿਬ ਕਿਵੇਂ ਕੱਟ ਸਕਦੇ ਹਾਂ, ਜਾਂ ਚੌਪਹਿਰਾ ਸਾਹਿਬ ਕੱਟਣ ਦੇ ਕੀ ਲਾਭ ਨੇ, ਉਹ ਅਸੀਂ ਅਗਲੀ ਵੀਡੀਓਸ ਦੇ ਵਿੱਚ ਸਮਝਾਂਗੇ। ਅਤੇ ਆਪ ਜੀ ਜੇ ਚੈਨਲ 'ਤੇ ਨਵੇਂ ਹੋ, ਪਹਿਲੀ ਵਾਰ ਇਹ ਵੀਡੀਓ ਵੇਖ ਰਹੇ ਹੋ, ਇਹ ਵੀਡੀਓ ਆਪ ਜੀ ਨੇ ਸ਼ੇਅਰ ਕਰਨੀ ਹੈ। ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ, ਉਹ ਵੀ ਆਪ ਜੀ ਨੂੰ ਦੁਆਵਾਂ ਦੇਵੇਗਾ। ਕਿਸੇ ਹੋਰ ਵੀਰ ਭੈਣ ਦਾ ਵੀ ਕਾਰਜ ਰਾਸ ਹੋ ਸਕਦਾ ਹੈ। ਸੋ ਜੇ ਚੈਨਲ 'ਤੇ ਨਵੇਂ ਹੋ, ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ, ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ। ਆਪ ਜੀ ਦਾ ਕੋਈ ਸਵਾਲ ਹੈ ਕਮੈਂਟ ਵਿੱਚ ਆਪ ਜੀ ਕਰ ਸਕਦੇ ਹੋ, ਅਤੇ ਬੈਲ ਆਈਕਨ ਦਬਾਉਣਾ ਆਪ ਜੀ ਨਾ ਭੁੱਲਿਓ, ਕਿਉਂਕਿ ਉਸ ਦੇ ਨਾਲ ਆਪ ਜੀ ਨੂੰ ਆਉਣ ਵਾਲੀ ਹਰ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲਦੀ ਰਹੇਗੀ। ਸਗੁਰ ਪਿਆਰਿਓ, ਗੁਰੂ ਸਾਹਿਬ ਆਪ ਸਭ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ, ਗਲਤੀਆਂ ਭੁੱਲ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।